ਅਸਲਾਮੁਅਲੈਕੁਮ ਸੱਜਣੋ ਅਤੇ ਮਿੱਤਰੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਕਿ ਸਭ ਦੋਸਤ ਠੀਕ ਠਾਕ ਹੋਣ ਦੇ। ਮੈਂ ਤੁਹਾਡਾ ਵੀਰ ਜ਼ੈਨੁਲ ਆਬਦੀਨ, ਤੁਸੀਂ ਦੇਖ ਰਹੇ ਹੋ ਨਾਈਸ ਮੁੰਡਾ ਵਲੌਗ। ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਅੱਜ ਸੋਲਰ ਵਾਲੀ ਟਰਾਲੀ ਲੈ ਕੇ ਆ ਰਿਹਾ ਸੀ ਫਤਿਹਪੁਰੋਂ, ਉਹਦੇ ਜਿਹੜੇ ਟਾਇਰ ਲਏ ਸੀ, ਅਸੀਂ ਲਏ ਸੀ ਸੈਕਿੰਡ ਹੈਂਡ। ਉਹ ਟਾਇਰ ਜਨਾਬੇ ਵਾਲਾ ਇੱਕ ਵਿੱਚੋਂ ਫਟ ਗਿਆ। 150 ਕਿਲੋਮੀਟਰ ਸਫ਼ਰ ਸੀ, ਪਤਾ ਨਹੀਂ ਕੀ ਮਸਲਾ ਬਣਿਆ, ਉਹ ਟਾਇਰ ਫਟ ਗਿਆ। ਹੁਣ ਜਾ ਰਹੇ ਹਾਂ ਉੱਥੇ, ਉਹਨਾਂ ਦੀ ਕਾਲ ਆਈ ਹੈ ਮਸਜਿਦ ਵਾਲਿਆਂ ਦੀ, ਜਿਹੜੇ ਟਰਾਲੀ ਲੈ ਕੇ ਆ ਰਹੇ ਸੀ, ਕਿਉਂਕਿ ਉਹ ਮਸਜਿਦ ਦੇ ਪਿੱਛੇ ਹਿੱਚ ਪਾ ਕੇ ਨਾ, ਅਤੇ ਉਹ ਲੈ ਕੇ ਆ ਰਹੇ ਸੀ। ਟਰਾਲੀ ਕਾਫੀ ਲੰਬੀ ਹੈ, ਅਤੇ ਉਹਨਾਂ ਦੀ ਕਾਲ ਆਈ ਹੈ ਕਿ ਇੱਕ ਟਾਇਰ ਫਟ ਗਿਆ। ਹੁਣ ਮੁਲਤਾਨ ਜਾ ਰਹੇ ਹਾਂ, ਪਹਿਲੇ ਉੱਥੋਂ ਕੋਈ ਟਾਇਰ ਦੇਖਦੇ ਹਾਂ, ਟਾਇਰ ਦੇਖ ਕੇ ਅਤੇ ਫਿਰ ਉੱਥੇ ਚੱਲਦੇ ਹਾਂ, ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਕਿ ਕੀ ਪੋਜੀਸ਼ਨ ਹੈ ਟਾਇਰ ਦੀ, ਕਿਉਂ ਫਟੇ ਹੈ। ਜੀ ਜਨਾਬ, ਅਸੀਂ ਟਾਇਰ ਆ ਜਿਹੜਾ ਉਹ ਲੈ ਲਿਆ, ਲੈ ਕੇ ਗੱਡੀ ਰੱਖ ਕੇ ਅਤੇ ਜਾ ਰਹੇ ਹਾਂ ਹੁਣ ਉੱਧਰ। ਟਰਾਲੀ ਜਿਹੜੀ ਆ ਉਹ ਖੁੜਾਈ ਖੜੇ ਨੇ ਕਿਸੇ ਹੋਟਲ 'ਤੇ, ਇਸ ਸਾਈਡ 'ਤੇ ਹੈਡ ਮੁਹੰਮਦ ਤੋਂ ਅੱਗੇ ਹੈ ਰੰਗਪੁਰ, ਰੰਗਪੁਰ ਵਾਲੀ ਸਾਈਡ 'ਤੇ ਖੜੀ ਹੈ। ਦੋਨਾਂ ਸਾਈਡਾਂ 'ਤੇ ਹੀ ਵੀਰਾਨ ਇਲਾਕਾ ਹੈ। ਜੀ ਪਹੁੰਚ ਚੁੱਕੇ ਹਾਂ, ਇਹ ਟਾਇਰ ਖੋਲ੍ਹਦੇ ਹਾਂ, ਖੋਲ੍ਹ ਕੇ ਆ ਦੇਖੋ, ਇਸ ਜਗ੍ਹਾ ਤੋਂ ਫਟਿਆ, ਇਹ ਸਾਹਮਣੇ ਇਹ ਪਟਾਕਾ ਮਾਰ ਗਿਆ ਟਾਇਰ। ਇਹ ਖੋਲ੍ਹਦੇ ਹਾਂ, ਖੋਲ੍ਹ ਕੇ ਫਿਰ ਲੈ ਕੇ ਚੱਲਦੇ ਹਾਂ ਮਿਸਤਰੀ ਦੇ ਕੋਲ। ਇਹ ਦੇਖੋ ਇਸ ਜਗ੍ਹਾ ਤੋਂ ਫਟਿਆ ਟਾਇਰ ਨਾ। ਇਹ 3-4 ਕਿਲੋਮੀਟਰ ਸਫ਼ਰ ਕਰਕੇ ਪਿੱਛੇ ਆਏ ਹਾਂ, ਉੱਥੇ ਇੱਕ ਦੁਕਾਨ ਮਿਲੀ ਹੈ ਪੈਂਚਰਾਂ ਵਾਲੀ, ਉਹਦੇ ਤੋਂ ਟਾਇਰ ਚੇਂਜ ਕਰਵਾਉਣੇ ਆ, ਫਿਰ ਚੱਲਦੇ ਹਾਂ ਉੱਥੇ। ਇਹ ਟਾਇਰ ਆ ਗਏ ਨੇ, ਇਹਨਾਂ ਨੂੰ ਚੇਂਜ ਕਰਵਾਉਣੇ ਆ, ਫਿਰ ਲੈ ਕੇ ਚੱਲਦੇ ਹਾਂ। ਇਹ ਬਾਈ ਹੋਰੀ ਚੇਂਜ ਕਰ ਰਹੇ ਨੇ, ਟੂਬ ਸ਼ੂਬ ਕੱਢ ਰਹੇ ਨੇ, ਟੂਬ ਕੱਢ ਕੇ ਅਤੇ ਦੂਸਰੇ ਟਾਇਰ ਦੇ ਵਿੱਚ ਫਿੱਟ ਕਰਨ ਦੇ, ਰਿਮ ਵਗੈਰਾ ਸਾਰਾ ਕੁਛ। ਇਹ ਇਸ ਜਗ੍ਹਾ ਤੋਂ ਫਟਿਆ, ਇਹ ਤਾਰਾਂ ਨਿਕਲ ਆਈਆਂ ਨੇ। ਬਾਈ ਕਹਿ ਰਿਹਾ ਕਿ ਚੱਲ ਤਾਂ ਸਕਦਾ, ਲੇਕਿਨ ਇੱਥੇ ਰਬੜ ਛੱਬੜ ਰੱਖ ਕੇ ਫਿਰ ਹੀ ਚਲਾ ਸਕਦੇ ਹਾਂ। ਇਹ ਟੂਬ ਫਟ ਗਈ ਇਸ ਜਗ੍ਹਾ ਤੋਂ, ਇੱਕ ਟਾਇਰ ਫਟ ਗਿਆ ਸੀ ਦੂਸਰੀ ਸਾਈਡ ਦਾ, ਹੁਣ ਟਾਇਰ ਪੈਂਚਰ ਹੋ ਗਿਆ। ਹੁਣ ਚੱਲਦੇ ਹਾਂ ਔਖੇ ਸੌਖੇ ਉਸੇ ਮਿਸਤਰੀ ਦੀ ਦੁਕਾਨ ਤੱਕ ਲੈ ਚੱਲਦੇ ਹਾਂ ਟਰਾਲੀ, ਅਤੇ ਫਿਰ ਉੱਥੇ ਜਾ ਕੇ ਇਹਦਾ ਪੈਂਚਰ ਲਵਾਉਣੇ ਆ। ਇਹ ਸਿਰਫ ਇੱਕ ਮਿਸਤਰੀ ਦੀ ਵਜ੍ਹਾ ਤੋਂ ਉਹਨੇ ਕਿਹਾ ਜੀ ਇਹਦੇ 50 ਪਾਉਂਡ ਹਵਾ ਆਉਣੀ ਹੈ, ਲੇਕਿਨ ਇਹਦੇ 'ਚ ਹਵਾ ਜ਼ਿਆਦਾ ਆਉਣੀ ਸੀ, ਉਹਨੇ ਹਵਾ ਘੱਟ ਭਰੀ ਹੈ, ਇਸ ਵਜ੍ਹਾ ਕਰਕੇ ਇਤਨੀ ਹਵਾ ਜਿਹੜੀ ਹੈ ਉਹ 80 ਪਾਉਂਡ ਭਰਨੀ ਚਾਹੀਦੀ ਸੀ, ਉਹਨੇ ਘੱਟ ਭਰੀ ਹੈ। ਜੀ ਜਨਾਬ, ਹਵਾਵਾਂ ਟਾਇਰਾਂ ਦੀਆਂ ਸੀ, ਟਰਾਲੀ ਦੀਆਂ ਪੂਰੀਆਂ ਖਰਾਬ ਕੇ, ਅਤੇ ਪੈਂਚਰ ਜਿਹੜਾ ਸੀ ਉਹ ਵੀ ਲਵਾ ਲਿਆ, ਲਵਾ ਕੇ ਅਤੇ ਹੁਣ ਚੱਲਦੇ ਹਾਂ ਵਾਪਸ ਮੁਲਤਾਨ ਵਾਲੀ ਸਾਈਡ 'ਤੇ, ਘਰ ਵਾਲੀ ਸਾਈਡ 'ਤੇ। ਦੋਨੋਂ ਸਾਈਡਾਂ 'ਤੇ ਦੇਖ ਸਕਦੇ ਹੋ ਮੱਛੀ ਦੇ ਫਾਰਮ ਨੇ ਬਹੁਤ ਜ਼ਿਆਦਾ। 3-4 ਕਿਲੋਮੀਟਰ ਇਸੇ ਤਰ੍ਹਾਂ ਹੀ ਰੋਡ ਦੇ ਦੋਨੋਂ ਸਾਈਡਾਂ 'ਤੇ ਮੱਛੀਆਂ ਦੇ ਫਾਰਮ ਨੇ। ਜੀ ਮੁਲਤਾਨ ਪਹੁੰਚਿਆ, ਅਤੇ ਬਾਰਿਸ਼ ਸ਼ੁਰੂ ਹੋ ਗਈ ਹੈ, ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਮੁਲਤਾਨ ਦੇ ਵਿੱਚ, ਦੇਖ ਸਕਦੇ ਹੋ। ਇਸ ਟਾਈਮ ਅਸੀਂ BZU ਯੂਨੀਵਰਸਿਟੀ ਵਾਲੀ ਸਾਈਡ 'ਤੇ, ਹਾਂ ਉਸ ਰੋਡ ਦੇ ਉੱਤੇ ਬਹੁਤ ਬਾਰਿਸ਼ ਹੋ ਰਹੀ ਹੈ, ਬਹੁਤ ਹੀ ਤੇਜ਼ ਬਾਰਿਸ਼ ਹੋ ਰਹੀ ਹੈ। ਅੱਲਾਹ ਤਾਲਾ ਕਰਮ ਕਰੇ। ਇਹ ਜੀ ਪਹੁੰਚ ਚੁੱਕੇ ਹਾਂ ਅਸੀਂ ਵਿਹਾੜੀ ਚੌਕ, ਇਹ ਸਾਹਮਣੇ ਟਰਾਲੀ, ਟਰਾਲੀ ਦੇ ਪਿੱਛੇ ਪਿੱਛੇ ਹੀ ਅਸੀਂ ਜਾ ਰਹੇ ਹਾਂ। ਵਿਹਾੜੀ ਚੌਕ ਕ੍ਰਾਸ ਕਰ ਲਿਆ, ਅੱਲਾ ਖੈਰ ਕਰੇਗਾ, ਹੁਣ ਘਰ ਦੇ ਨੇੜੇ ਆ ਗਏ ਹਾਂ। ਰਹਿ ਗਿਆ ਕੋਈ 35-36 ਕਿਲੋਮੀਟਰ ਸਫ਼ਰ ਜਿਹੜਾ ਹੈ ਸਾਡਾ, ਉਹ ਰਹਿ ਗਿਆ। ਬਹੁਤ ਹੀ ਤੂਫਾਨੀ ਬਾਰਿਸ਼ ਹੋ ਰਹੀ ਹੈ, ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ। ਤੁਸੀਂ ਹਾਲਾਤ ਦੇਖ ਸਕਦੇ ਹੋ, ਬੱਦਲ ਦੂਰ ਦੂਰ ਤੱਕ ਬਹੁਤ ਹੀ ਬਾਰਿਸ਼ ਹੋ ਰਹੀ ਹੈ। ਤੂਫਾਨੀ ਬਾਰਿਸ਼ ਹੈ, ਬੱਦਲ ਵੀ ਬੜੇ ਜ਼ੋਰ ਦਾ ਹੈ, ਤੂਫਾਨੀ ਬਾਰਿਸ਼ ਹੋ ਰਹੀ ਹੈ।
ਜੀ ਅੱਲਾ ਪਾਕ ਦਾ ਸ਼ੁਕਰ ਹੈ, ਅਸੀਂ ਖੈਰ ਖਰੀਦ ਨਾਲ ਪਹੁੰਚੇ ਹਾਂ। ਟਰਾਲੀ ਜਿਹੜੀ ਹੈ ਦੇਰੇ 'ਤੇ ਖੜ੍ਹੀ ਕਰਵਾ ਲਈ ਹੈ। ਅੱਜ ਦਾ ਜਿਹੜਾ ਦਿਨ ਹੈ ਉਹ ਤਾਂ ਸਾਰਾ ਰੋਡ 'ਤੇ ਹੀ ਗੁਜ਼ਰਿਆ, ਕਿਲੇ ਟਾਇਰ ਪੈਂਚਰ, ਕਿਲੇ ਟਾਇਰ ਫਟ ਗਿਆ। ਅਗਰ ਵੀਡੀਓ ਅੱਛੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਮਿਲਦੇ ਹਾਂ ਨਵੇਂ ਵਲੌਗ ਨਾਲ, ਅੱਜ ਵਾਸਤੇ ਇਤਨਾ ਹੀ। ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।